ਕੀ ਅੱਜ ਜਗਤਾਰ ਸਿੰਘ ਜੌਲ ਨੂੰ ਕਦਵਈ ਨਗਰ ਆਰਐਸਐਸ ਦੀ ਸ਼ਾਖਾ ਤੇ ਜਿਹੜੀ ਗੋਲੀ ਚੱਲੀ ਸੀ ਉਸ ਕੇਸ ਦੇ ਵਿੱਚ ਉਹ ਆਲਰੇਡੀ 2 ਦਿਨ ਦੇ ਰਿਮਾਂਡ ਤੇ ਸੀ ਅੱਜ ਉਹਨੂੰ ਪੇਸ਼ ਕਰਕੇ ਦੁਬਾਰੇ 7 ਦਿਨ ਦਾ ਪੁਲਿਸ ਰਿਮਾਂਡ ਦੀ ਡਿਮਾਂਡ ਕੀਤੀ ਸੀ ਪਰ ਜੱਜ ਸਾਹਿਬ ਨੇ ਜਿਹੜਾ 1 ਦਿਨ ਦਾ ਹੀ ਪੁਲਿਸ ਰਿਮਾਂਡ ਐਕਸਟੈਂਡ ਕੀਤਾ ਕੱਲ ਨੂੰ ਦੁਬਾਰੇ ਜਗਤਾਰ ਸਿੰਘ ਜੌਲ ਨੂੰ ਕਦਵਈ ਨਗਰ ਜਿਹੜੀ ਐਫਆਈਆਰ ਨੰਬਰ 7/16 ਡਿਵੀਜ਼ਨ ਨੰਬਰ 2 ਦੀ ਮੈਡਮ ਗੁਰਪ੍ਰੀਤ ਕੌਰ ਦੀ ਅਦਾਲਤ 'ਚ ਪੇਸ਼ ਕੀਤਾ ਜਾਊਗਾ ਇੱਕ ਦਿਨ ਦੇ ਰਿਮਾਂਡ ਤੋਂ ਬਾਅਦ ਤਲਜੀਤ ਸਿੰਘ ਜਿੰਮੀ ਸੀ ਉਹਨੂੰ ਸੁਲਤਾਨ ਮਸੀਹ ਈਸਾਈ ਪਾਦਰੀ ਸਨ ਉਹਨਾਂ ਦੇ ਮਰਡਰ ਕੇਸ ਦੇ ਵਿੱਚ ਪੇਸ਼ ਕੀਤਾ ਗਿਆ ਸੀ 5 ਦਿਨ ਦਾ ਪੁਲਿਸ ਰਿਮਾਂਡ ਮੰਗਿਆ ਗਿਆ ਪਰ ਜੱਜ ਸਾਹਿਬ ਨੇ ਪੁਲਿਸ ਦੀ ਇਹ ਮੰਗ ਖਾਰਜ ਕਰਦੇ ਹੋਏ ਉਹਨੂੰ ਉਸ ਕੇਸ ਦੇ ਵਿੱਚ 18-12 ਤੱਕ ਜੁਡੀਸ਼ੀਅਲ ਭੇਜਿਆ ਨਾਲ ਦੀ ਨਾਲ ਹੀ ਪੁਲਿਸ ਨੇ ਜਿਹੜੀ ਆ ਕਦਵਈ ਨਗਰ ਗੋਲੀ ਕਾਂਡ ਦੇ ਵਿੱਚ ਜਿਹੜਾ 2 ਨੰਬਰ ਡਿਵੀਜ਼ਨ ਦਾ ਕੇਸ ਹੈਗਾ ਉਹਦੇ ਵਿੱਚ ਉਹਦੀ ਟ੍ਰਾਂਜ਼ਿਟ ਰਿਮਾਂਡ ਲੈ ਕੇ ਸੁਮਿਤ ਸੱਭਰਵਾਲ ਦੀ ਕੋਰਟ ਤੋਂ ਗੁਰਪ੍ਰੀਤ ਕੌਰ ਮੈਡਮ ਦੀ ਕੋਰਟ 'ਚ ਪੇਸ਼ ਕਰਕੇ ਉਹਦਾ ਰਿਮਾਂਡ ਮੰਗਿਆ 7 ਦਿਨ ਦਾ ਅਤੇ ਜਿਹੜਾ ਜੱਜ ਸਾਹਿਬ ਨੇ ਫੋਰਮਲ ਅਰੈਸਟ ਦੇ ਵਾਸਤੇ ਜਿਹੜੀ ਆ ਇਨਵੈਸਟੀਗੇਸ਼ਨ ਦੇ ਜਿਹੜੀ ਫੋਰਮੈਲਿਟੀ ਉਹਦੇ ਵਾਸਤੇ 2 ਦਿਨ ਦਾ ਪੁਲਿਸ ਰਿਮਾਂਡ ਤਲਜੀਤ ਸਿੰਘ ਜਿੰਮੀ ਦਾ ਦਿੱਤਾ ਇਸ ਤੋਂ ਇਲਾਵਾ ਧਰਮਿੰਦਰ ਸਿੰਘ ਗੁਗਨੀ ਦੇ ਮੈਨੇਜਰ ਨੂੰ ਪੇਸ਼ ਕੀਤਾ ਗਿਆ ਪਾਸਟਰ ਈਸਾਈ ਪਾਦਰੀ ਸੁਲਤਾਨ ਮਸੀਹ ਦੇ ਮਰਡਰ ਕੇਸ ਦੇ ਵਿੱਚ ਉਹ ਆਲਰੇਡੀ 27 ਤਰੀਕ ਤੋਂ ਰਿਮਾਂਡ 'ਤੇ ਸੀਗਾ ਅਤੇ ਉਹਦਾ ਕੱਲ੍ਹ ਤੋਂ ਅੱਜ ਤੱਕ 1 ਦਿਨ ਦਾ ਹੋਰ ਵਧਿਆ ਸੀ ਅਤੇ ਅੱਜ ਫਿਰ ਉਹਦੇ ਉੱਤੇ ਕਿਹਾ ਗਿਆ ਵੀ ਕੋਈ ਨਾਲਾਗੜ੍ਹ ਹਿਮਾਚਲ ਤੋਂ ਕੋਈ ਡੈਰੀ ਬਰਾਮਦ ਕਰਾਉਣੀ ਆ ਉਹਦੇ ਵਾਸਤੇ ਜਿਹੜਾ 7 ਦਿਨ ਦਾ ਰਿਮਾਂਡ ਮੰਗਿਆ ਸੀਗਾ ਉਹਨੂੰ 1 ਦਿਨ ਦੇ ਪੁਲਿਸ ਰਿਮਾਂਡ ਦਿੱਤਾ ਮੈਡਮ ਸੁਮਿਤ ਸੱਭਰਵਾਲ ਦੀ ਅਦਾਲਤ 'ਚ ਸੋ ਕੱਲ੍ਹ ਨੂੰ ਅਨਿਲ ਕਾਲੇ ਨੂੰ ਵੀ ਪੇਸ਼ ਕੀਤਾ ਜਾਊਗਾ ਆਪਣੇ ਪਾਸਟਰ ਮਸੀਹ ਸੁਲਤਾਨ ਮਸੀਹ ਦੇ ਮਰਡਰ ਕੇਸ ਵਿੱਚ ਜਗਤਾਰ ਸਿੰਘ ਜੌਲ ਨੂੰ ਪੇਸ਼ ਕੀਤਾ ਜਾਊਗਾ ਕਦਵਈ ਨਗਰ ਆਰਐਸਐਸ ਗੋਲੀਕਾਂਡ ਦੀ ਕੇਸ ਵਿੱਚ ਮੈਡਮ ਗੁਰਪ੍ਰੀਤ ਕੌਰ ਦੀ ਅਦਾਲਤ 'ਤੇ ਪਰਸੋਂ ਨੂੰ ਜਿਹੜਾ ਹੈਗਾ ਤਲਜੀਤ ਸਿੰਘ ਜਿੰਮੀ ਨੂੰ ਗੁਰਪ੍ਰੀਤ ਕੌਰ ਦੀ ਮੈਡਮ ਦੀ ਅਦਾਲਤ 'ਚ ਪੇਸ਼ ਕੀਤਾ ਜਾਊਗਾ ਸਰ ਪੁਲਿਸ ਨੇ ਕਿਸ ਬਹਿਵ 'ਤੇ ਰਿਮਾਂਡ ਮੰਗਿਆ ਪੁਲਿਸ ਨੇ ਜਿਹੜਾ ਜਿਵੇਂ ਮੈਂ ਦੱਸਿਆ ਅਨਿਲ ਕਾਲੇ ਦਾ ਤਾਂ ਡੈਰੀ ਬਰਾਮਦ ਦੇ ਤੌਰ ਦੇ ਉੱਤੇ ਮੰਗਿਆ ਅਤੇ ਤਲਜੀਤ ਜਿੰਮੀ ਦਾ ਜਿਹੜਾ ਪਾਸਟਰ ਮਸੀਹ ਦੇ ਸੁਲਤਾਨ ਮਸੀਹ ਦੇ ਮਰਡਰ ਕੇਸ 'ਚ ਮੰਗੇ ਉਹੀ ਵੀ ਇਹਦੇ ਕੋਈ ਜਗਜੀਤ ਸਿੰਘ ਨਾਮ ਦੇ ਬੰਦੇ ਦੀ ਦੇ ਨਾਂ ਦੇ ਉੱਤੇ ਪੈਸੇ ਆਏ ਉਹ ਰਿਕਵਰ ਕਰਾਉਣੇ ਉਹ ਆਲਰੇਡੀ ਮੈਂ ਕਿਹਾ ਵੀ ਕੱਲ੍ਹ ਵੀ ਡਿਊਟੀ ਮੈਜਿਸਟਰੇਟ ਦੇ ਵੀ ਇਹਨਾਂ ਨੇ ਇਹੀ ਡਿਮਾਂਡ ਮੰਗੀ ਸੀ ਅਤੇ ਇਸੇ ਬਨਾਹ ਦੇ ਉੱਤੇ ਰਿਮਾਂਡ ਮੰਗਿਆ ਸੀ ਅੱਜ ਫਿਰ ਸੇਮ ਗਰਾਊਂਡ ਦੇ ਉੱਤੇ ਮੰਗਦੇ ਅਤੇ ਉਹ ਜਗਜੀਤ ਸਿੰਘ ਆਲਰੇਡੀ ਬਾਘਾ ਪੁਰਾਣਾ ਜ਼ਿਲ੍ਹਾ ਮੋਗਾ ਦੀ ਪੁਲਿਸ ਨੇ ਅਰੈਸਟ ਕਰਕੇ ਉਹਦਾ 3 ਦਿਨ ਦਾ ਪੁਲਿਸ ਰਿਮਾਂਡ ਲਿਆ ਹੋਇਆ ਸੋ ਇਸ ਕਰਕੇ ਜੱਜ ਸਾਹਿਬ ਨੇ ਉਹਨਾਂ ਦੀ ਮੰਗ ਖਾਰਜ ਕੀਤੀ ਅਤੇ ਦੂਜੇ ਪਾਸੇ ਜਗਤਾਰ ਸਿੰਘ ਜੌਲ ਦਾ ਅਤੇ ਦੂਜਾ ਤਲਜੀਤ ਸਿੰਘ ਦਾ ਜਦੋਂ ਕਦਵਈ ਨਗਰ 'ਚ ਪੇਸ਼ ਕੀਤਾ ਉੱਥੇ ਉਹਨਾਂ ਨੇ ਇਹੀ ਪੁਰਾਣੀਆਂ ਗੱਲਾਂ ਵੀ 120 ਆ ਕੰਟਰੈਕਟ ਕਿਲਿੰਗ ਆ ਪੈਸੇ ਕਿੱਥੋਂ ਆਏ ਕਿੱਥੋਂ ਗਏ ਉੱਥੇ ਫਿਰ ਆਲਰੇਡੀ ਕਿਹਾ ਵੀ ਜਗਤਾਰ ਸਿੰਘ ਜੌਲ ਜਿਹੜਾ ਹੈਗਾ 4/11 ਤੋਂ ਪੁਲਿਸ ਦੀ ਹਿਰਾਸਤ 'ਚ ਆ ਅਤੇ ਤਲਜੀਤ ਸਿੰਘ ਜਿਵੇਂ 31-10 ਤੋਂ ਹੈਗਾ ਇਸ ਕਰਕੇ ਆਲਰੇਡੀ ਮਹੀਨੇ ਤੋਂ ਵੱਧ ਲਗਭਗ ਜੌਲ ਦਾ 1 ਮਹੀਨਾ ਅਤੇ ਉਹਦੇ 1.25 ਮਹੀਨਾ ਹੋ ਚੱਲਿਆ ਹੈਗਾ ਤਲਜੀਤ ਸਿੰਘ ਦਾ ਵੀ ਆਲਰੇਡੀ ਇਹਨਾਂ ਨੇ ਸਾਰਾ ਕੁਛ ਇਨਵੈਸਟੀਗੇਸ਼ਨ ਕੰਪਲੀਟ ਕਰ ਲਈ DGP CM ਨੇ ਜਿਹੜੀ ਬਿਆਨ ਦਿੱਤੇ ਹੈਗੇ 100 ਬਾਅਦ ਕਵਰੀਆਂ ਹੋ ਚੁੱਕੀਆਂ ਹੈਗੀਆਂ ਇਹ ਜੇ ਅਜੇ ਤੱਕ ਇਹਨਾਂ ਨੂੰ ਅਜੇ ਬੇਸਿਕ ਇਹ ਆਧਾਰਾਂ ਦੇ ਉੱਤੇ ਹੀ ਜਿਹੜੀ ਰਿਮਾਂਡ ਮੰਗ ਰਹੇ ਹੈਗੇ ਬਿਲਕੁਲ ਜੈਨੂਨ ਨਹੀਂ ਹੈਗੀ ਅਤੇ ਲੰਮਾ ਸਮਾਂ ਪੁਲਿਸ ਰਿਮਾਂਡ ਦੇ ਵਿੱਚ ਰਹਿਣ ਕਰਕੇ ਉਹਨਾਂ ਨੇ 1-2 ਦਿਨ ਦਾ ਜਿਹੜਾ ਰਿਮਾਂਡ ਦਿੱਤਾ ਹੈਗਾ ਫੋਰਮਲ ਅਰੈਸਟ ਵਾਸਤੇ ਜੱਜ ਸਾਹਿਬ ਨੇ ਕਿਹਾ ਵੀ ਤਾਂ ਇਹ ਲਈ ਤੁਹਾਨੂੰ ਲੋੜ ਨਹੀਂ ਹੈਗੀ ਮੋਰ ਦੈਨ ਸਫੀਸ਼ੈਂਟ ਬੰਦੇ ਰਿਮਾਂਡ ਕੱਟ ਚੁੱਕੇ ਆ ਇਹਦੇ ਕਰਕੇ ਫੋਰਮਲ ਅਰੈਸਟ ਵਾਸਤੇ 1-2 ਦਿਨ ਦੇ ਨਾਲ ਰਿਮਾਂਡ ਦਿੱਤਾ।